ਲੁੱਕ ਐਟ ਦਾ ਸਵੈਟ। ਸਵੇਰ ਦੇ ਅਸੀਂ ਚੱਲੇ ਹੋਏ ਹਾਂ ਔਰ ਜਾਮ ਹੀ ਜਾਮ ਹਰ ਜਗ੍ਹਾ ਤੇ ਮਿਲ ਗਿਆ। ਟੈਂਪਰੇਚਰ ਤਾਂ ਟੈਂਪਰੇਚਰ ਤੇ ਥੱਲੇ ਵਰਗਾ ਹੀ ਆ, ਕੋਈ ਫਰਕ ਨਹੀਂ ਹੈ। ਇੱਥੇ ਕੀ ਕਰ ਰਹੇ? ਇੱਥੇ ਬਸ ਜਾਮਾਂ ਦਾ ਇੰਜੋਏ ਕਰਨਾ ਹੈ, ਹੋਰ ਕੀ ਕਰਨਾ ਭਾਈ। ਰਸ਼ ਬੜਾ, ਹੱਥ ਜੋੜ ਕੇ ਬੇਨਤੀ ਹੈ, ਰਸ਼ ਸਾਡਾ ਕਢਾ ਦਿਓ, ਅਸੀਂ ਆਪਣੇ ਡੈਸਟੀਨੇਸ਼ਨ ਪਹੁੰਚ ਜਾਈਏ। ਜੈ ਸ਼ੰਕਰ ਕੀ, ਜੈ ਭੋਲੇ, ਬੰਬ ਬੰਬ ਭੋਲੇ। ਤੀਰਥਨ ਗੱਡੀ ਦਾ ਮੋੜ, ਉੱਧਰੋਂ ਮੰਡੀ ਵੱਲੋਂ ਅਸੀਂ ਆ ਰਹੇ ਹਾਂ, ਇੱਧਰੋਂ ਸੈਂਜ ਲਿਖਿਆ ਆ, ਇੱਧਰ ਨੂੰ ਆਪਾਂ ਟਰਨ ਕਰਨੀ ਹੈ ਅਤੇ ਇਹ ਟਨਲ ਹੈ, ਇੱਧਰ ਇਹ ਟਨਲ ਨੂੰ ਨਹੀਂ ਜਾਣਾ ਇੱਧਰ। ਉਹ ਸਾਡੇ ਦੋ ਜਵਾਨ ਆ ਰਹੇ, ਸੈਂਜ ਰੋਪਾ ਬੰਜਰ ਸ਼ੋਜਾ ਜਲੋਰੀ ਪਾਸ ਇਸ ਸਾਈਡ ਨੂੰ ਕੀ ਕਰਨਾ ਜੀ? ਭਾਈ ਮਜ਼ਾ ਆ ਗਿਆ, ਆਨੰਦ ਆ ਗਿਆ, ਗਰਮੀ ਬਹੁਤ ਆ ਪਰ ਨਜ਼ਾਰਾ ਕਹਿੰਦੇ ਕੋਟ 'ਚ ਨਜ਼ਾਰਾ ਏ ਸੀ 'ਚ, ਪਰ ਗਰਮੀ ਜੋ ਨਜ਼ਾਰਾ ਨਾ, ਬੋਡੀ ਬਿਲਕੁਲ ਕਰੀਨਾ ਗ੍ਰੀਨ ਹੋ ਜਾਂਦੀ ਹੈ, ਦੇਖੋ ਕਿੰਨੀ ਸਾਫ਼ ਹੋ ਗਈ ਬੋਡੀ, ਕਿੰਨੀ ਸਾਫ਼ ਹੈ, ਸਾਰੇ ਵਿਕਾਰ ਨਿਕਲ ਗਏ ਬੋਡੀ ਦੇ, ਸਾਰੇ ਢਾਈ ਘੰਟੇ ਬਾਈਕ ਦਾ ਟੂਲਰ ਦਾ ਬੜਾ ਬੈਨੀਫਿਟ ਹੈ, ਰਸ਼ ਬਹੁਤ ਹੈ, ਬਟ ਆਓ ਬਾਈਕ ਤੇ ਭਾਜੀ, ਹਿੰਮਤੀ ਬੰਦਾ ਹੋਣਾ ਚਾਹੀਦਾ ਬਾਈਕ ਤੇ ਆਉਣ ਵਾਲਾ, ਬਸ ਪਹੁੰਚੋ। ਕਿੱਦਾਂ ਲੱਗ ਰਿਹਾ? ਚਲੋ ਠੀਕ ਹੈ ਸਰ, ਫਿਰ ਚੱਕਰ ਨੀ ਪਿਆ, ਸਵੈਟ। ਸਵੇਰ ਦੇ ਅਸੀਂ ਚੱਲੇ ਹੋਏ ਹਾਂ ਔਰ ਜਾਮ ਹੀ ਜਾਮ ਹਰ ਜਗ੍ਹਾ ਤੇ ਮਿਲ ਗਿਆ। ਟੈਂਪਰੇਚਰ ਤਾਂ ਟੈਂਪਰੇਚਰ ਤੇ ਥੱਲੇ ਵਰਗਾ ਹੀ ਆ, ਕੋਈ ਫਰਕ ਨਹੀਂ ਹੈ। ਇੱਥੇ ਕੀ ਕਰ ਰਹੇ? ਇੱਥੇ ਬਸ ਜਾਮਾਂ ਦਾ ਇੰਜੋਏ ਕਰਨਾ ਹੈ, ਹੋਰ ਕੀ ਕਰਨਾ ਭਾਈ। ਰਸ਼ ਬੜਾ, ਹੱਥ ਜੋੜ ਕੇ ਬੇਨਤੀ ਹੈ, ਰਸ਼ ਸਾਡਾ ਕਢਾ ਦਿਓ, ਅਸੀਂ ਆਪਣੇ ਡੈਸਟੀਨੇਸ਼ਨ ਪਹੁੰਚ ਜਾਈਏ। ਜੈ ਸ਼ੰਕਰ ਕੀ, ਜੈ ਭੋਲੇ, ਬੰਬ ਬੰਬ ਭੋਲੇ। ਸਾਡੀ ਰਾਖ ਰੱਖ ਲਾ ਬਾਬੇ, ਕਿੰਨਾ ਰਸ਼ ਹੈ ਦੇਖੋ ਦੇਖੋ, ਘੁਮਾ ਕੇ ਦੇਖੋ ਮਾੜੇ ਮਾੜੇ। ਪੂਰੇ ਜਾਮ 'ਚ ਫਸੇ ਹੋ? ਪੂਰੇ ਜਾਮ 'ਚ ਨਜ਼ਾਰਾ ਪੂਰਾ ਠੀਕ ਹੈ ਜੀ। ਉਹ ਜੱਗੀ ਕਿੱਦਾਂ? ਪੂਰੇ ਜਾਮ 'ਚ ਲਓ ਜੀ, ਹਾਂ ਲਓ, ਇਹ ਸਭ ਜਾਮ ਵਾਲੇ ਹੀ ਹੈ।
ਪਏ ਇੱਧਰ ਆਓ।
ਫਰੈਂਡਸ, ਹੇਅਰ ਵੀ ਆ, ਦਿਸ ਇਜ਼ ਅਵਰ ਥਰਡ ਡੇ ਔਫ ਦਾ ਟੂਰ। ਅਤੇ ਪਹਿਲਾਂ ਤਾਂ ਸਾਡਾ 4 ਦਿਨ ਦਾ ਟੂਰ ਸੀਗਾ, ਪਰ ਕਿਉਂਕਿ ਕੁਛ ਮੁਸ਼ਕਲਾਂ ਆਉਣ ਕਰਕੇ ਸਾਨੂੰ ਇਹ ਕੱਟ ਸ਼ੋਰਟ ਕਰਨਾ ਪਿਆ 1 ਦਿਨ ਦੇ ਲਈ ਟੂਰ, ਕਿਉਂਕਿ ਰਸਤੇ ਦੇ ਵਿੱਚ ਕਾਫੀ ਡੈਮੇਜ ਰੋਡਸ, ਡਸਟ, ਟ੍ਰੈਫਿਕ ਜੈਮਸ ਔਰ ਹੀਟ ਵੇਵ, ਅਤੇ ਮਤਲਬ ਹੋਟਲਸ ਵੀ ਬਹੁਤੇ ਵਧੀਆ ਮਿਲਦੇ ਪਏ, ਐਕਸਪੈਂਸਿਵ ਬਹੁਤ ਜ਼ਿਆਦਾ। ਜਿਹੜਾ ਲੱਕੀ ਨੇ ਮੰਗੇ ਪਾਏ ਉਹ ਵੀ ਦੱਸੋ ਹੈ ਨਾ, ਜਿਹੜਾ ਲੱਕੀ ਕਰਦਾ ਚੀਲਾ ਦੇ ਵਿੱਚ ਨਹੀਂ ਆਉਣਾ ਆਇਆ ਸਿੱਧੇ, ਉਹ ਵੀ ਦੱਸ ਦਿਓ ਨਾ ਨਾਲ। ਅਤੇ ਰਾਣਾ ਜੀ ਉੱਧਰ ਜਿਹੜਾ ਭੰਗੜਾ ਪਾਉਂਦੇ, ਠੀਕ ਹੈ ਜੀ, ਅੱਛਾ ਬਹੁਤ ਵਧੀਆ ਟੂਰ ਹੈ, ਸੀਰੀਅਸ ਰਿਹਾ, ਬਟ ਵਧੀਆ ਸੀ। ਜਿਹੜੀ ਵੈਦਰ ਕੰਡੀਸ਼ਨ ਨੇ ਬੜੀ ਟਫ ਨੇ ਪੰਜਾਬ ਵਾਲਾ ਜੀ, ਵੈਦਰ ਇੱਧਰ ਆਉਣ ਦੀ ਮਤਲਬ ਟਰਾਈ ਕਰ ਰਿਹਾ ਹੈ, ਪਲੈਨਿੰਗ ਕਰ ਰਿਹਾ ਹੈ, ਹੈਵ ਅ ਸਪੇਅਰ ਡੇ ਐਟ ਲੀਸਟ। ਰਾਣਾ ਜੀ ਰਹਿ ਗਏ ਭਾਜੀ, ਰਾਣਾ ਜੀ ਦੀ ਲਓ, ਆ ਜਾ ਰਾਣਾ ਜੀ। ਜੋ ਵੀ ਮੇਰੇ ਭਰਾਵਾਂ ਨਾਲ ਜਿਹੜੀ ਸਪੀਚ ਕੀਤੀ ਹੈ ਸਭ ਤੋਂ ਵਧੀਆ ਕੀਤੀ ਹੈ, ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਹੈ, ਮੈਂ ਪਹਿਲੀ ਵਾਰੀ ਇਹਨਾਂ ਨਾਲ ਆਇਆ ਅਤੇ ਮੈਂ ਬਹੁਤ ਫਨ ਮਾਰਿਆ। ਆਪਾਂ ਨੂੰ ਛੁੱਟੀਆਂ ਪਈਆਂ, ਆਪਾਂ ਫਨ ਮਾਰਨ ਆਏ ਇੱਥੇ ਬਸ। ਬਾਕੀ ਕੁਛ ਮੇਰੇ ਵੱਡੇ ਬ੍ਰਦਰ ਹੈ, ਉਹਨਾਂ ਨੂੰ ਸੁਜੈਸਟ ਕੀਤਾ ਕਿ ਮਤਲਬ ਨੈਗੇਟਿਵ ਪਾਸੇ ਨਾ ਜਾਓ, ਪੋਜ਼ਿਟਿਵ ਮਤਲਬ ਚੱਲਦੇ ਰਹੋ ਪ੍ਰੋਪਰ ਤਰੀਕੇ ਨਾਲ ਅਤੇ ਲਾਈਫ ਨੂੰ ਵਧਾਓ ਅੱਗੇ, ਮਤਲਬ ਐਕਸਟਰਾ ਐਕਟੀਵਿਟੀ ਨਹੀਂ ਕੋਈ ਕਰਨੀ ਜਿਹੜੀ ਆਪਣੇ ਬੋਡੀ ਨੂੰ ਹਾਰਮ ਕਰੇ, ਅਤੇ ਸਭ ਤੋਂ ਵਧੀਆ ਜੀ। ਥੱਲੇ ਲੋਕ ਕਰਨੇ ਆ ਅੱਗੇ ਪਾਣੇ ਪੈਣ ਇਹ ਫੜ ਲਵਾ ਨਾ, ਇਹ ਰਸਾ ਨਹੀਂ ਪਾਇਆ।